ਉਹੀ ਕੰਮ ਹੋ ਗਿਆ ਜਿਸ ਤੋਂ ਮੈਂ ਡਰਦਾ ਸੀਗਾ। ਦਹਾਈ ਮੜਾ ਸਾਰੇ ਫਸ ਗਿਆ ਬਸਾਈ। ਹੁਣ ਇੱਕ ਵਾਰੀ ਫਿਰ ਸਵਾਗਤ ਆ ਬੀਂਗ ਬ੍ਰਾ ਦੇ ਘੈਰ ਜੀ ਵਲੋਗ ਦੇ ਵਿੱਚ। ਗਾਈਸ ਅੱਜ ਦਾ ਵਲੋਗ ਬਹੁਤ ਇੰਟਰਸਟਿੰਗ ਹੋਣ ਵਾਲਾ, ਕਿਉਂਕਿ ਅੱਜ ਦਾ ਵਲੋਗ ਨਹੀਂ ਗਾ, ਅੱਜ ਦਾ ਚੈਲੰਜ ਆ ਆਪਾਂ ਰਵਾਂਗੇ ਛੋਟੇ ਹਾਥੀ ਵਿੱਚ ਫੋਰ 24 hours। ਬੜਾ ਘੈਂਟ ਹੋਣ ਵਾਲਾ, ਕਿਉਂ? ਕਿਉਂਕਿ ਗਾਈਸ ਆਪਾਂ ਕਦੇ ਕੀਤਾ ਨਹੀਂ, ਨਾ ਕਿਸੇ ਨੇ ਕੀਤਾ ਹੋਣਾ, ਹੋਰ ਕਿਸੇ ਨੇ ਆਈ ਥਿੰਕ ਸੋ, ਬਾਕੀ ਮੈਨੂੰ ਪਤਾ ਨਹੀਂ ਹੈਗਾ। ਬਹੁਤ ਕਮੈਂਟ ਕਰਨ ਲੱਗਦੇ ਇਹਨੇ ਕੀਤਾ ਇਹਨੇ ਕੀਤਾ, ਕੋਈ ਚੱਕਰ ਨਹੀਂ। ਪਰ ਆਪਾਂ ਗਾਈਸ ਹੁਣ ਕਰਨ ਲੱਗੇ ਹਾਂ ਅਤੇ ਮਤਲਬ ਬਹੁਤ ਜ਼ਿਆਦਾ ਵਧੀਆ ਲੱਗਣਾ। ਸਮੋਲ ਐਲੀਫੈਂਟ ਦੇ ਵਿੱਚ ਐਡੇ ਐਡੇ ਬਾਂਦਰ ਬੈਠਣੇ ਆ, ਇਹਦੇ ਵਿੱਚ ਵੀ ਰਹਿ ਸਕਦੇ ਹਾਂ ਅਤੇ ਇੱਥੇ ਵੀ ਰਹਿ ਸਕਦੇ ਹਾਂ। ਪਰ ਪਿੱਛੇ ਰਹਿਣ ਲਈ ਪਹਿਲਾਂ ਆਪਾਂ ਨੂੰ ਥੋੜ੍ਹਾ ਬਹੁਤਾ ਸਮਾਨ ਆਪਾਂ ਨੂੰ ਲੈ ਕੇ ਆਉਣਾ ਚਾਹੀਦਾ, ਹੈ ਨਾ? ਲੈ ਕੇ ਆਈਏ ਫਿਰ ਵਿਛਾ ਦਈਏ, ਛੱਤ ਛੁੱਤ ਪਾ ਦਈਏ ਇਹਦੇ ਉੱਪਰ, ਰਾਤ ਨੂੰ ਮੀਂਹ ਨਾ ਜਾਵੇ। ਪੂਰੇ 24 hours ਰਹਿਣਾ ਵਿੱਚ। ਗਾਈਸ ਚੱਕਰ ਹੈ ਕਿ ਘਰ ਆਪਣਾ ਕੋਲ ਹੀ ਹੈ, ਤਾਂ ਘਰ ਦੇ ਨੂੰ ਖਾਣ ਪੀਣ ਨੂੰ ਤਾਂ ਚਲੋ ਆਪਾਂ ਕਹਿ ਸਕਦੇ ਹਾਂ, ਰੋਟੀ ਵਗੈਰਾ ਆਪਾਂ ਖਾ ਸਕਦੇ ਹਾਂ, ਮਿਸਤਰੀ ਸੱਦੀਏ ਫਿਰ ਲੈਂਟਰ ਪਾਉਣ ਨੂੰ, ਅਤੇ ਉੱਪਰ ਇੱਕ ਵਾਰੀ ਆਪਾਂ ਲੈਂਟਰ ਲੂੰਟਰ ਪਵਾ ਦਈਏ ਅਤੇ ਉਸ ਤੋਂ ਬਾਅਦ ਆਪਾਂ ਅੰਦਰ ਵੀ ਸਫਾਈ ਵਗੈਰਾ ਕਰਨੀ। ਓਏ ਉਹ ਚ ਰਹੀਏ, ਜੇ ਤੁਸੀਂ ਇਹ ਵੀਡੀਓ ਨੂੰ ਪਿਆਰ ਦਿੱਤਾ ਤੇ ਆਪਾਂ ਉਹਦੇ ਚ ਵੀ ਕਰਾਂਗੇ ਚੈਲੰਜ। ਇਹ ਆ ਕੱਚ ਵਗੈਰਾ ਪਤਾ ਨਹੀਂ ਕਿਵੇਂ ਖਿਲਰਿਆ ਹੋਇਆ, ਇਹ ਤਾਂ ਮੈਂ ਕਹੀ ਸੋਚਿਆ ਨਹੀਂ ਕਿ ਠੰਡ ਕਿੰਨੀ ਜ਼ਿਆਦਾ, ਹੈ ਨਾ? ਜਿਹੜਾ ਤਾਂ ਬੰਦਾ ਰਹੂਗਾ ਅਗਲੇ ਪਾਸੇ ਉਹ ਤਾਂ ਸੇਫ ਆ, ਇਧਰਲੇ ਬੰਦਿਆਂ ਦਾ ਕੀ ਬਣੂਗਾ? ਹੀਟਰ ਲੈ ਕੇ ਆਉਂਦੇ ਹਾਂ ਇੱਕ, ਹੀਟਰ ਚਲਾਵਾਂਗੇ ਕਿਵੇਂ? ਬੋਟਰ ਦੀ ਨਾਸਾ ਚਲਾ ਦਾਂਗੇ। ਤੇ ਕਹਿੰਦੇ ਬਾਕੀ ਖਾਣ ਪੀਣ ਦਾ ਕੰਮ ਹੋਊਗਾ ਉਹ ਘਰਦਾਰ ਨੂੰ ਆਪਾਂ ਕਹਿ ਦਾਂਗੇ, ਬਾਕੀ ਜਾਵਾਂਗੇ ਵੀ ਆਪਾਂ ਗੱਡੀ ਲੈ ਕੇ, ਗੇੜੇ ਗੂੜੇ ਕੱਢਾਂਗੇ, ਟੈਨਸ਼ਨ ਨਾ ਲਓ। ਸਾਰਾ ਵਲੋਗ ਨੂੰ ਦੇਖੋ ਤੇ ਗਾਈਸ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਲਓ ਇਸ ਤਰ੍ਹਾਂ ਦੇ ਵਲੋਗ ਹੋਰ ਦੇਖਣ ਲਈ, ਕਿਉਂਕਿ ਆਪਾਂ ਯੂਨੀਕ ਯੂਨੀਕ ਚੈਲੰਜ ਵਗੈਰਾ ਲੈ ਕੇ ਆਉਂਦੇ ਰਹਿੰਦੇ ਹਾਂ। ਅਤੇ ਇੱਕ ਮੇਨ ਗੱਲ ਹੋਰ ਆ ਕਿ ਜੇ ਵਧੀਆ ਰਿਸਪੋਂਸ ਆਇਆ ਇਸ ਚੀਜ਼ ਨੂੰ ਤਾਂ ਆਪਾਂ ਅਗਲਾ ਚੈਲੰਜ ਕਰਾਂਗੇ ਉਹਦੇ ਵਿੱਚ, ਤਾਂ ਹੁਣੇ ਸਬਸਕ੍ਰਾਈਬ ਕਰ ਲਓ। ਹੁਣ ਆਪਾਂ ਇਹ ਕਿੱਦਾਂ ਚੱਕ ਕੇ ਰੱਖ ਦੇਣਾ ਗੱਡੀ ਦੇ ਵਿੱਚ ਅਤੇ ਇੱਥੇ ਹੀ ਪਵਾਂਗੇ, ਇੱਥੇ ਹੀ ਸੋਵਾਂਗੇ। ਓਏ 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 ਮੈਂ ਗੱਲ ਹੈ, ਓਏ 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 ਓ ਹੋ ਹੋ ਗਾਈ ਜੇ ਗੱਦਾ ਬਾਲਾ ਭਾਰਾ ਬੱਜਿਆ ਢੂਏ 'ਚ, ਇਹ ਗੱਦਾ ਬਾਲਾ ਭਾਰਾ, ਇਹ ਮੈਮਰੀ ਫੋਮ ਆ ਪੂਰਾ ਵਧੀਆ ਗੱਦਾ, ਇਹ ਮਤਲਬ ਪ੍ਰਮੋਸ਼ਨ ਨਹੀਂ ਹੈਗੀ, ਹੋਰ ਤੁਸੀਂ ਕੰਮ ਸਕਿੱਪ ਕਰਨ ਲੱਗ ਜਾਓ ਹੋਰ। ਅਤੇ ਆਪਾਂ ਇਹਦੇ ਵਿੱਚ ਵੀ ਚੈਲੰਜ ਬਣਾਇਆ ਸੀ ਲਿਵਿੰਗ ਇਨ ਕਾਰ ਫੋਰ 24 hours, ਜੇ ਤੁਸੀਂ ਉਹ ਨਹੀਂ ਦੇਖਿਆ ਉਹ ਵੀ ਜਾ ਕੇ ਚੈਨਲ 'ਤੇ ਦੇਖ ਲਓ। ਅਤੇ ਬਹੁਤ ਜਲਦੀ ਆਪਾਂ ਇੱਕ ਹੋਰ ਚੈਲੰਜ ਲੈ ਕੇ ਆਉਣ ਵਾਲੇ ਹਾਂ ਜੋ ਕਿ ਹੈ ਲਿਵਿੰਗ ਇਨ ਵਰਨਾ ਫੋਰ 24 hours, ਤਾਂ ਉਹ ਵੀ ਦੇਖਣਾ ਨਾ ਭੁੱਲਿਓ। ਆਪਾਂ ਪਹਿਲਾਂ ਚਾਦਰ ਵਿਛਾਤੀ ਹੋਈ ਆ ਤਾਂ ਕਿ ਜਿਹੜਾ ਗੱਦਾ ਵਾ ਗੰਦਾ ਨਾ ਹੋ ਜਾਵੇ। ਬਸ ਉਹ ਦੇਖੀ ਪੂਰਾ ਆਇਆ ਕਿ ਨਹੀਂ ਹੋਏ? ਇਹ ਉਹ ਵੈਰੀ ਗੁੱਡ, ਬੜਾ ਘੈਂਟ ਆਇਆ ਤਾਂ ਯਾਰ, ਲੱਗਿਆ ਨਹੀਂ ਸੀ ਮੈਨੂੰ, ਜਮਾ ਸਹੀ ਆ ਗਿਆ। ਚੱਕ ਕੇ ਕਰੋ ਇਹਨੂੰ, ਇਹ ਕਰਨਾ ਤਾਂ ਬੂਟ ਲਾਉਣੇ ਆ ਆਪਾਂ, ਕੋਈ ਚੱਕਰ ਨਹੀਂਗਾ। ਗਾਇਸ ਗੱਦਾ ਪੂਰਾ ਆ ਗਿਆ ਹੋਇਆ ਤੇ ਬਸ ਹੁਣ ਆਪਾਂ ਨੂੰ ਮਤਲਬ ਇੱਕ ਇੰਤਜ਼ਾਰ ਆ ਕਿ ਫਟਾਫਟ ਆਲੀ ਲੈਟ ਜਗ ਪਵੇ ਤਾਂ ਕਿ ਮਤਲਬ ਸਹੀ ਹੋ ਜਾਵੇ, ਹੈਨਾ? ਖਰਾਬ ਆ ਇਹ? ਨਹੀਂ ਯਾਰ, ਖਰਾਬ ਜਗਦੀ ਨਹੀਂ, ਆਪਾਂ ਕਹਿ ਕੇ ਜਾਂਦਾ ਹੁੰਦਾ 1-2 ਵਜੇ ਜੋ ਆਪਾਂ ਇੱਧਰ ਨੂੰ ਜਾਂਦੇ ਹੁੰਦੇ। ਇੱਕ ਚਾਦਰ ਹੋਰ ਲੈ ਕੇ ਉੱਪਰ ਵਿਛਾਉਣ ਲਈ, ਇਹਦੇ ਫੇਰ ਹੀ ਮਤਲਬ ਵਧੀਆ ਲੱਗੂਗਾ, ਤੇ ਆਪਾਂ ਲੈਂਟਰ ਵੀ ਪਾ ਦਈਏ। ਪੂਰੇ 24 hours ਪਰ ਰਹਿਣਾ ਤੇ ਚਾਚਾ ਗੱਡੀ ਚ ਰਹੀਏ? ਚਲੋ ਮੇਰੇ ਨਾਲ, ਤੇ ਜੇ ਚਾਚੇ ਨਾਲ ਚਲੇ ਗਏ ਨਾ ਸੱਚੀ 24 hours ਦੇ ਵਿੱਚ ਰਹਿਣਾ ਪੈਣਾ, ਮਜ਼ਾਕ ਨੀ ਕਰਦੇ। ਕਮੈਂਟ ਨਹੀਂ ਤੁਸੀਂ ਕਰਦੇ, ਹੈ ਨਾ? ਕਮੈਂਟ ਕਰਨਾ ਸਾਨੂੰ ਪਤਾ ਲੱਗਦਾ ਵੀ ਕੌਣ ਕੌਣ ਵੀਡੀਓ ਦੇਖ ਰਿਹਾ, ਕਿੱਥੇ ਕਿੱਥੇ ਵੀਡੀਓ ਪਹੁੰਚ ਰਹੀ ਆ, ਹੈ ਨਾ? ਤਾਂ ਵਧੀਆ ਲੱਗਦਾ ਉਹ ਕਮੈਂਟ ਵਾਲੇ ਬੰਦੇ ਨੂੰ ਪਛਾਣਦੇ ਹੁੰਦੇ ਆ ਨਾਮ ਤੋਂ ਵੀ। ਆਰਾਮ ਨਾਲ ਬੈਠਾ ਗੋਲੀਆਂ ਖਾ ਕੇ, ਗੋਲੀਆਂ ਕਿਹੜੀਆਂ ਉਹ ਵਾਲੀਆਂ ਜੇਮਸ, ਦੋ ਕਿਹੜੀਆਂ ਦੋ ਗਿਆ, ਓਹੋ ਸੋਚ ਹੀ ਵਾਲੀ ਗੰਦੀ ਹੈ, ਕੀ ਕਰੀਏ। ਆਹ ਲੈ ਲਾ, ਜੰਗਾਲ ਨੂੰ ਕੀ ਆ, ਚਲੋ ਇਹ ਤਾਂ ਜਮਾਂ ਗੱਲ ਬਣ ਗਈ, ਉਹ ਏਦਾਂ ਨੀ ਲੱਗਣੀ, ਇਹ ਏਦਾਂ ਨੀ ਲੱਗਣੀ। ਹਰੇਕ ਪੁੱਠਾ ਕੰਮ ਮੈਂ ਕੀਤਾ ਹੋਇਆ, ਮਤਲਬ ਨਿੱਕੇ ਨਿੱਕੇ ਵੈਕਿਊਮ ਕਲੀਨਰ ਜੇ ਬਣਾਉਣੇ ਮੋਟਰਾਂ ਜੋੜ ਜੋੜ ਕੇ, ਕੋਈ ਗੱਡੀ ਲੈ ਕੇ ਆਉਣੀ ਜਵਾਕਾਂ ਨੇ, ਇਹਨਾਂ ਨੇ ਗੱਡੀ ਤੋੜ ਕੇ ਮੋਟਰਾਂ ਕੱਢ ਲੈਣੀਆਂ।
अच्छा जी ऐदा लाए होया कम ते देख लो भइए आवी ओए सिर च बज्जूगा यार क्यों ना बज्जू सिर च हो तिरपाल लो भी हुण लैंटर पै रहा अपनी गड्डी दे उत्ते कितें घूमण चलदे आ फिर ते तुहानूं दिखाउने आ लैंटर पाते हुए अंदर छां छां हो गई घेंट माहौल बन गया पूरा घर आला रस्से पाई दे हुंदे माड़ी जी लई आ माड़ी जी खिच माड़ी ना खिची होर खिचा जोर ला पूरा जोर है नी निकल जानी उधर की फायदा अपना घर अंदर चेक करो एक बार वेलकम बैक गाइस चलो गड्डी गुड्डी चलाओ ड्राइवर जी गर्म तो करो गड्डी चाबी दे कित्थे चाबी गई सू पता विंटर आ चुके स्किन भी बहुत ज्यादा मतलब ड्राई से इची हो जाते गई पर इस बार बिल्कुल भी नहीं होगी क्यों तुम देख सकते हो कि ड्राई हुई हुई है ना स्किन सर्दियों में कुछ यह होना चाहिए जो कि मतलब अपनी स्किन मॉइस्चराइज भी रखे तो बिल्कुल भी ग्रीसी तो यार मतलब स्टिकी ना हो इसलिए मैं यूज कर रहा वाओ स्किन सही विटामिन सी बॉडी लोशन यह बॉडी लोशन हेल्प करता ड्राइनैस को घट करने के डीप हाइड्रेशन देने इरीटेटेड स्किन सूथ करने में भी बहुत ज्यादा हेल्प करता देख सकते हो टेक्सचर इंडियन इंग्रीडियंट्स बहुत वधिया ने जिवें कि प्योर विटामिन सी काकाड़ू प्लम एक्सट्रैक्ट बीटरूट एक्सट्रैक्ट ते हैलरोनिक एसिड एक लॉन्ग लास्टिंग मॉइस्चराइजिंग बॉडी लोशन आ जो कि हाइड्रेशन रिटेन करने में डैमेज स्किन रिपेयर करने में बहुत हेल्प करता जो कि स्किन सॉफ्ट एंड स्मूथ बनाता तो नाल दी नाल गाइस यूवी रेस ते जो पोल्यूशन अपने डैमेज हो जाती स्किन है ना उसको भी प्रोटेक्ट करता तो नॉन ग्रीसी आ तो बिल्कुल भी स्टिकी नहीं है तो जल्दी स्किन में अब्जॉर्ब भी हो जाता यह नैचुरल एक्टिव्स नाल बनया 100% वेगन आ ते ग्लूटेन फ्री आ तो इन स्मैल भी बहुत वधिया ते गाइस वाओ दे किसी भी प्रोडक्ट में कोई भी मतलब हार्श कैमिकल नहीं होंगे जिवें कि नो मिनरल ऑयल नो पैराबेन नो सिलिकॉन ते नो एक्स्ट्रा कलर इसका लिंक डिस्क्रिप्शन बॉक्स में मिल जूगा तुम जाके बाय कर सकते हो तो मेरा कूपन कोड वाओ नेचर 20 यूज करते थोड़ा मिल जूगा गाइस 20% डिस्काउंट इन्हां दी ऑफिशियल वैबसाइट से हुण आपां थोड़े टाइम लई गड्डी स्टार्ट करके खड़ा दिंदे आ तां कि मतलब सही रहे है ना होर जाके बंद हो जाए कोई पता नहीं तां करके ने डीजल ओए आ की हो गया सी ओए मैं कहड़ा सेल्फ मारी आ स्टार्ट रख दे थोड़ा टाइम गर्म होने दो गड्डी है ना उदू बाद आप आराम ना चलावे उपर गुडे चढ़ाई जाता वे मर्सडी का निशान ओ माई गॉड तो अंदर जोड़े बंदे बैठे वो टेंपू वाले पर वैसे तो यह भी छोटा हाथी ही है हजे चैलेंज स्टार्ट नहीं है टेंशन ना लो इतनी चलना वा चल चलिए खान पीन लैन जाना वा ता करके पहला साडी सलाह सी स्कूटरी वगैरह ते लैन चले जांदे आ बट हुण सलाह इह आ कि इंदे ते ही जावांगे बाजार विच मतलब ना डाला लाउणा ना वास्ता लोकी तमाशा देखणगे फुल वी आ करी की जांदे आ पतंदर गड्डी मैं चलानी सी मेरा बहुत दिल कर रहा पर फिर मैं कैमरा नहीं सामभ सकता करके ओ हो चल 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 चल
गाइस डर लग रहा थोड़ा बहुत पर देखो की बढ़ता डर कहदा इहदे च डर रहा कि मुड़ूगी कि मैं परे करवाना पैना पहला यार बैठे रहो ध्यान ना बैठो जान के खप भी पा सकता हूं ब्रेक ब्रूक ला दे ठीक है हुण गाइस छेती अपना चैलेंज स्टार्ट होने वाला उदो बाद देखदा की बनता माहौल चल मैं ना बहुत ज्यादा एक्साइटेड हां दिल चलाण लई ठीक है ओ गाइस ओ डर लगन लग गया हो इधर चलाउंदा है गड्डी स्मेल कर रही होदी धूफा है ओ ओए स्मेल आणी है ओए ओए ओ हाली है हाली मैं पूरे होना एक मिनट रोकी रोकी अरे 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 इथे इस तो बाद फिर प्रॉब्लम आऊगी पिछे जाने वेले क्योंकि तरपाल जी पा दी ना उन्दे करके उड़ गई रोकी 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 ओही काम हो गया जिन तो मैं डरदा सी गाइस ताकी बड़ी लगी सी इधर आए हुण मैं पिछे जांदा ठीक है फिलहाल रिस्क भी ना रहूगा कोई सेफ्टी बच्ची सेफ्टी है चलो गाइस हुण आपां पिछे आ चुके आ ते छत भी लाती हुई आ हुण बाद विच ला लांगे छत हां रात नूं गड्डी च रहना वा बाहर रहना भूतां चमड़ाली नाल मच्छर मारने वाला बाप दे छड़कला जो दीप साडा घरे कल्ला हुंदा वो आ लेके जांदा नाले दा पीन दे काम हुंदी आ ओ पहले इदा तां ही सहेली छड़ गई इहो जा हो गया आ लै भर लै टोकरी 2 मिनट उधर नु गए आ बस इहे हुण आपां समान वगैरा तां लै लिया होया ते सामने गड्डियां भी आ रहियां ने ते इधरले पासे अपनी खड़ी है जिहदे विच आपां बहना आ ते चलो जी ओया चीका मार दे हुंदी मड़ी ਇਹਨਾਂ ਨੂੰ ਅਕਲ ਨਹੀਂ ਆਉਣੀ ਕਦੇ ਰਹਿਣਾ ਸਹਿਣਾ ਨਹੀਂ ਆਉਂਦਾ ਇਹਨਾਂ ਨੂੰ ਤਾਂ ਹੀ ਮੈਂ ਬਾਹਰ ਨਹੀਂ ਲੈ ਕੇ ਜਾਂਦਾ ਇੱਥੇ ਵੀ ਰਹਿਣਾ ਗਾਈ ਕਿਸੇ ਦਾ ਨਾ ਵੀ ਚੈਲੰਜ ਕਰਨਾ ਸਾਰੇ ਚੈਲੰਜ ਕਰਦੇ ਵੀ ਟੈਂਸ਼ਨ ਨਾ ਲਓ ਤੁਸੀਂ ਬਸ ਨਾਲ ਰਹੋ ਤੇ ਦੇਖੀ ਓਏ ਆਟੋ ਲੈ ਆਇਓ ਚੰਗਾ ਉਹ ਬਾ ਚੱਲਿਆ ਓਏ 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 ਚਲੋ ਲੈ ਜਾ ਲੂ ਜਾ ਪਿੱਛੇ ਗਈ ਛੱਡ ਕੇ ਭੱਜ ਗਿਆ ਦੋ ਦਿਨ ਬਾਅਦ ਹੀ ਮਿਲੂਗਾ ਦੇਖੀ ਬਹੁਤ ਦੇਖੀ 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 ਹਲੋ ਪਿੱਛੇ ਹੋ ਜਾ ਕਿਹੜਾ ਲੈ ਦਿਖਾਣਾ ਦੱਸ ਓਏ ਐ ਕਰ ਗੱਡੀ ਵੇ ਆ ਲੈਡ ਇੱਥੇ ਕਿੰਨੀ ਸੋਹਣੀ ਲੱਗੀ ਹਨ ਗਾਈਸ ਹੁਣ ਫਾਈਨਲੀ ਚੈਲੰਜ ਹੋ ਚੁੱਕਾ ਸਟਾਰਟ ਉੱਤੇ ਹੋ ਲੱਗ ਗਈ ਹੈ ਤੇ ਬਹੁਤ ਤੇਜ਼ ਭਜਾ ਰਿਆ ਤੇ ਹੁਣ ਚੈਲੰਜ ਆਪਾਂ ਮਤਲਬ ਹੁਣ ਤੋਂ ਸਟਾਰਟ ਆ ਹਾਂ ਹਾਂ ਸਟਾਰਟ ਆ ਆਲਮੋਸਟ ਹੁਣ ਆਪਾਂ ਕਿਤੇ ਡੁੱਗਾਂਗੇ ਉਹਨੂੰ ਵੀ ਅੱਗੇ ਬੁਲਾਵਾਂਗੇ ਤੂੰ ਕੱਟ ਮਾਰਦਾ ਓਏ ਐਮਐਲਏ ਨੂੰ ਕੱਟ ਮਾਰਦਾ ਸਾਲਾ ਥੱਪੜ ਖਾਏਗਾ ਓਏ ਉਹਦਾ ਕੱਟ ਮਾਰਦਾ ਜਾਂਦਾ ਉਹ ਇਹਨੇ ਪਿਆਰ ਨਾਲ ਬੁਲਾਉਂਦੇ ਆ ਤੇ ਉਹਦਾ ਪੂਰਾ ਕੱਟ ਹੀ ਮਾਰ ਉਹ ਵੀ ਕਹਿੰਦਾ ਕਿਸਨੂੰ ਪਤਾ ਨਹੀਂ ਕੀ ਹੋ ਗਿਆ ਚਲੋ ਕੋਈ ਗੱਲ ਨਹੀਂ ਗਾਈਸ ਹੁਣ ਆਪਣਾ ਆਪਾਂ ਚੈਲੰਜ ਸਟਾਰਟ ਆ ਟਾਈਮ ਹੋ ਗਿਆ ਪੂਰੇ 8 ਵਜ ਚੁਕੇ ਆ ਤੇ ਆਪਾਂ ਕਿਤੇ ਹੁਣ ਸਟੇ ਕਰ ਕੇ ਉਹਨੂੰ ਵੀ ਅੱਗੇ ਬੁਲਾਉਂਦੇ ਆ ਫਿਰ ਖਾਣੇ ਵੀ ਨੇ ਆ ਗਾਈਸ ਚਲੋ ਹੁਣੇ ਅੰਦਰ ਆ ਚੁਕਿਆ ਤੇ ਹੁਣ ਆਪਣਾ ਚੈਲੰਜ ਸਟਾਰਟ ਹੋ ਚੁਕਿਆ ਫਾਈਨਲੀ ਤੇ ਟੇਕੇ ਬਹਿ ਜਾ ਉਰੇ ਹੁਣ ਹੁਣ ਆਪਾਂ ਖਾਣੇ ਆ ਪਹਿਲਾਂ ਖਾਣ ਪੀਣ ਲਈ ਦੱਸੋ ਆਪਾਂ ਕਰ ਲਈਏ ਪੂਰੀ ਹਨਾ ਉਸ ਤੋਂ ਬਾਅਦ ਬਾਕੀ ਮਿਲਦੇ ਆ ਘਰਦਿਆਂ ਨੂੰ ਕਹੋ ਉਹ ਹੋ ਲਿਆ ਕੇ ਦੋ ਸਾਨੂੰ
ਕੀ ਭਟੂਰੇ ਛੋਲੇ ਨਹੀਂ ਕੀ ਪੀਜ਼ਾ 버ਗਰ ਕੀ ਮੁਰਗਾ ਖਾਉ ਜਾਂ ਟੱਜ ਬੱਕਰਾ ਖਵਾਉਂਦੇ ਤੈਨੂੰ ਖੜ ਜਾ ਮੈਂ ਕਹਿੰਦਾ ਚਲੋ ਵੀ ਗਾਈਸ ਹੁਣ ਆਪਾਂ ਮਤਲਬ ਵੰਡ ਲਈਏ ਹੈਪੀ बाकी रही गल चैलेंज दी थोड़ा डिफिकल्ट होने वाला क्योंकि ठंड आ जुकाम वगैरह हो जाऊगा आई थिंक सो बाकी आपां उयर जाइयां दा की करिए तिरपाल उपर करांगे ठंड रुक जूगी उस तों बाद आपां रजाई मंगांगे चंगा भला घर तां वी पता की चक्कर है गाइस एक यार मतलब की कह सकते हैं इंजॉयमेंट आ यार मतलब निक्के हुंदे शौक हुंदा जी आपां नूं इहो जिहे पुठे काम करन दा उह नहीं होए किसी वजह करके उह हुण कर रहे हैं थोनू भी वधिया लगता देखन दा बंदा टाइम पास कर लैंदा क्यों भी सत श्री अकाल ते बाकी बस हुण समान थोनू पता आपां इदां दा ही लैंदे हुंदे आ बड़ा खर्चा खुर्चा अपना हुंदा नहीं ते पर चलो आही 4-500 रुपया साडा खर्चा हुंदा नहीं वैसे हुंदा तां हैगा खर्चा वैसे देखा जावे पर तुसीं ना करिओ कोई भी सारिआं ने वधिया वधिया चीज़ां खाओ ओए हलो देख लो खर्चा अद्धा खर्चा तां इहदे करके खर्चा खर्चा करके लुकाउंदे आ गाइस हुण मैं अंदर आ चुकिया सीगा पर चक्कर हुण इह पै रहा कि हुण मैं इधर आना पहला मैं गाइस मसा टप के इधर नूं आया उदों वीडियो नहीं बनाई इहने ते हुण मैं मतलब गड्डी अगे करती घर दिखा दे देखो ते हुण इत्थे गड्डी लाती आपां ते हुण मतलब तलाई तुली भी आपां नूं चाहीदी रजाई वगैरह है ना ओहदे करके आपां इत्थे लाती गड्डी हुण घर दे नूं कहांगे वी रजाई फड़ा के जाण क्योंकि ठंड लग रही फिर मैं पिछे आ जा आ जा आ जा बाहर निकल के नहीं आ सकदा ना नहीं बाहर निकल के नहीं आना ते बाहर निकल गया हस ना धरती दे पैर ता लाना नहीं एक मिनट देखी किवें आंदा हमर ओ देखी मड़ा ध्यान ना ठीक है हां आ चाबी फड़ी पहला चाबी फड़ी है दीप आ गई आ गई ओखा होएगा मैं इधरों ता किवें आएगा बाबे नहीं आ सकदा वीरे क्यों नहीं आ सकदा ले हद हो गई ओ ओ माय गॉड दंद ना जणा ओ तोता ते मैं क्या समझता था ये तो क्या निकल चाबी जल्दी देख रे मैं गेट किवें लाऊं इंदा रजाई फिर आराम इथे ही पै जाना आ बाद विच आ उपर लै लांगे ठीक है हाँ चलो गाइज फिर चलदे आ ते रात दे ऑलमोस्ट 11 बज चुके आ सारे सो गए आसे पासे दिखाई सारे सो गए ते सानू कोई टेक नहीं ते लाइटां भी सारी उपर देखो छड के आए हुए आ ताकि थोड़ी बहुत लाइटिंग इतने रवे चलो मैं आ गया खेडिए फिर चलो हो रजाइया रजुईया आ चुकी ने ताश भी मंडी जा चुकी है पते तक बे सट मेरा चाबी संभाल अंगूर अंगार अपने खिलर जाने घर देने अपने जूडे खिलार देने कुट कुट मजाक नहीं करता गाइस तो बस गाइस हम रोटी रुटी है रोटी भी खाधी नहीं बस आई खाई जाते हैं जो गंद पलाजा हों तो हम बस रोटी खावे घर दिन कहे उस तो बाद फिर थोड़ा पता ही है चुप चाप सो के फिर सवेरे उठा हाँ जी इन्नी रात होगी इतने बैठे ठंड पता कि ठंड पै रही चलो अंदर चलो भाई चलो 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 कैंसल हो गया कैंसल हो गया चलो 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 चलो, चलो, चलो गाइस सानू मतलब जाना पैना लाइक कर दो शेयर कर दो सबसक्राइब करके बैल आइकन दबा लो सारे ब्लॉग होर देख लई ਨੇ ਨੀ ਮਜ਼ਾਕ ਕਰਦਾ ਹੈ ਚੈਨਲ ਮੈਂ ਕਿਹਾ ਸ਼ੁਕਰ ਆ ਓਏ ਅੰਦਰ ਜਾਵਾਂਗੇ ਪਵਾਂਗੇ ਰਾਮ ਨਾਲ ਨਹੀਂ 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 ਬਸ ਬਾਜੀ ਜਲ ਰਹੀ ਆ ਬਾਜ ਮੰਮੀ ਕੋਈ ਕੰਮ ਇਹ ਦੱਸ ਦੋ ਬਸ ਗਾਈਸ ਟਾਈਮ ਬਹੁਤ ਹੋ ਗਿਆ ਥੋੜੇ ਟਾਈਮ ਤੱਕ ਆਪਾਂ ਸੋ ਜਾਣਾ ਰੋਟੀ ਪਕਾਈਏ ਪਾਣੀ ਨਾ ਆਉਣਾ ਹੀ ਪੈ ਜੂਗਾ ਕੀ ਆਹੀ ਗਰਮ ਗਰਮ ਖਾਣੀ ਚਲੋ ਰੋਟੀ ਵੀ ਖਾਣੀ ਹੈ ਨਾ ਗਾਈਸ ਰਾਤ ਨੂੰ ਇਹਨੂੰ ਤਾਂ ਫੋਨ ਆ ਗਿਆ ਚੱਲ ਬਈ ਤੂੰ 2:11 ਚੱਲ ਸ਼ਾਬਾਸ਼ 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 रोटी आ चुकी है गाइज ते अद्धी रात मम्मी बेचारे ओहो हो हो वाओ 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 अच्छा कोई आ गंदियां चीजा हौली बोलो थैंक यू सो मच ओके ते बस गाइज देखो है घर दी फुल सपोर्ट करदे हो जे पुट्टे चीजा च ਵੱਡੀ ਜਿਹਾ ਤਾਂ ਕਰਨਾ ਹੀ ਕਰਨਾ ਇਹੋ ਜਿਹਾ ਚ ਵੀ ਸਪੋਰਟ ਕਰਦੇ ਆ ਦੇਖੋ ਭੁੱਖ ਬਹੁਤ ਲੱਗੀ ਹੋਈ ਆ ਅੱਗੇ ਤਾਂ ਛੇਤੀ ਖਾ ਲੈਂਦੇ ਆ ਅੱਗੇ ਤਾਂ 10 ਵਜੇ ਖਾ ਲੈਂਦੇ ਆ ਅੱਜ ਇੰਨਾ ਟਾਈਮ ਹੋ ਗਿਆ ਆਰਾਮ ਨਾਲ ਬੈਠੇ ਆ
ਗਾਈਸ ਵਧੀਆ ਹੋਇਆ ਮੈਂ ਪਰਨਾ ਬੰਨ ਕੇ ਆਇਆ ਸੀਗਾ ਹੁਣ ਸੌਣ ਵਿੱਚ ਵੀ ਆਸਾਨੀ ਹੋਊਗੀ ਬਾਕੀ ਆਰਾਮ ਨਾਲ ਪਈ ਆ ਮੰਡੀਰ ਤੇ ਆਲਮੋਸਟ ਡੇਢ ਦੂਢ ਵੱਜ ਚੁੱਕਿਆ ਤੇ ਆਰਾਮ ਨਾਲ ਦੇਖ ਕੇ ਪਏ ਸਾਰੇ ਲੈਟਾਂ ਲੁਟਾਂ ਬੰਦ ਕਰਤੀਆਂ ਉੱਧਰ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਤੇ ਸਾਨੂੰ ਹੀ ਅੱਗ ਦੀ ਲੱਗੀ ਹੈ ਤੇ ਪੁੱਠੇ ਮੰਗੇ ਲੈ ਦੀ ਬਾਕੀ ਠੰਡ ਬਹੁਤ ਲੱਗ ਰਹੀ ਹੈ ਉਹਦੇ ਕਰਕੇ ਹੁਣ ਆਪਾਂ ਇੱਥੇ ਵਿਛਾਵਾਂਗੇ ਤਰਪਾਲ ਦੀ ਆਹ ਕਰੀਏ ਹੁਣ ਫੜੀ ਬਣਾ ਫੋਨ ਥੱਲੇ ਦਿਖਣਾ ਵਧੀਆ ਛੱਡੀ ਉਹ ਧੋ ਲਈ ਫਿਰ ਤਾਂ ਉਹ ਗੱਲ ਜਿਹਨੂੰ ਖੇਡ ਲੈਂਦੇ ਭਰਾਵਾ ਚਲੋ ਲੀਡਰ ਦੁਆਰਾ ਪੈ ਗਿਆ ਓਏ ਫਿਰ ਹੀ ਆਰਾਮ ਨਾਲ ਸੋਵਾਂਗੇ ਉਤਰੀ ਪੁੱਠੇ ਪੰਗੇ ਹੀ ਆ ਗਈ ਜਿੱਥੇ ਤੂੰ ਮੈਨੂੰ ਅੰਦਰ ਵੜ ਦੇ ਬਸ ਹੁਣ ਦੋ ਕੁ ਹੱਥ ਲਾਏ ਆਉਂਦੇ ਦੀ ਸਾਨੂੰ ਸੁਣਾਈ ਜਾਂਦੀ ਕੁੱਟੂ ਮੇਰੇ ਟੁਕੜਾ ਥੱਲੇ ਲਾ ਦਿੱਤੀ ਤਾਂ ਗਾਈਸ ਹੁਣ ਤੁਸੀਂ ਦੇਖ ਸਕਦੇ ਹੋ ਆਸੇ ਪਾਸੇ ਸਾਰਾ ਤੇ ਆਪਾਂ ਮਤਲਬ ਐ ਕੈਂਪ ਲਾ ਲਿਆ ਜਿਵੇਂ ਮਤਲਬ ਪਹਾੜਾਂ ਵਿੱਚ ਨੀ ਲਾਉਂਦੇ ਹੁੰਦੇ ਫੌਜੀਆਂ ਵਾਲੇ ਕੈਂਪ ਫੀਲਿੰਗ ਉਹ ਜੀ ਆ ਰਹੀ ਹੈ ਦੇਖੋ ਚੰਗਾ ਭਲਾ ਘਰ ਆ ਮਹਾਰਾਜ ਨੇ ਦਿੱਤਾ ਫਿਰ ਪੁੱਠੇ ਪੁੱਠੇ ਪੰਗੇ ਲੈ ਰਹੇ ਹਾਂ ਕਿਉਂਕਿ ਤੁਸੀਂ ਇੰਜੋਏ ਕਰ ਸਕੋ ਹਾਂ ਸਹੀ ਗੱਲ ਆ ਤਾਂ ਇਸੇ ਕਰਕੇ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਕਿਉਂਕਿ ਸਾਨੂੰ ਵੀ ਫੇਰ ਹੀ ਵਧੀਆ ਲੱਗਦਾ ਅਗਲੀ ਵਾਰੀ ਵੀ ਚਲੋ ਹੋਰ ਕੁਛ ਨਵਾਂ ਕਰੀਏ ਹੁਣ ਆਪਾਂ ਇੱਥੇ ਹੀ ਬੈਠੇ ਹਾਂ ਘਰ ਦੇ ਬਾਹਰ ਅਗਲੀ ਵਾਰੀ ਹੋ ਸਕਦਾ ਪਹਾੜਾਂ 'ਚ ਚਲੇ ਜਾਈਏ ਹਾਂ ਕੋਈ ਪਤਾ ਨਹੀਂ ਹੋ ਸਕਦਾ ਹੋ ਹੀ ਜਾਊਗਾ ਲਾਈਕ ਕਰਾਓ ਵਧੀਆ ਅਗਲੀ ਵਾਰੀ ਚੱਲ ਜਾਵਾਂਗੇ ਹਾਂ ਤੇ ਬਸ ਹੁਣ ਆਪਾਂ ਦੇਖਣੀ ਬਾਕੀ ਮੈਂ ਤਾਂ ਨੀਂਦ ਆਉਂਦੀ ਪਈ ਆ ਤੇ ਸੋ ਜਾਈਏ ਤੇ ਸਵੇਰੇ ਮੈਂ ਜਲਦੀ ਉੱਠਣਾ ਤੇ ਬਸ ਫਿਰ ਹੋਰ ਕੀ ਸੋਈਏ ਫਿਰ ਚਲੋ ਓਕੇ ਬਾਏ ਗੁਡ ਨਾਈਟ ਆਪਾਂ ਹੁਣ ਸੋਨੇ ਆ ਸੋ ਜਾਓ ਸਾਰੇ ਗੁਡ ਨਾਈਟ ਤੇ ਗੋਸਟ ਡ੍ਰੀਮਸ ਸਾਰੇ ਹੱਥ ਕਿਵੇਂ ਕਰ ਲੈ ਬਾਜੀ ਗਾਈਸ ਹੁਣ ਇਹਨੂੰ ਪਤਾ ਨੀ ਕੀ ਅੱਧੀ ਰਾਤ ਚੱਲਿਆ ਮੈਨੂੰ ਘਰੋਂ ਜਾਨ ਕੋਈ ਵੀ ਚੈਲੇਂਜ ਕੰਪਲੀਟ ਨਹੀਂ ਕਰਦੇ ਗਾਈ ਹੁਣ ਜੇ ਚਲੇ ਜਾਣਗੇ ਮੇਰਾ ਦਿਲ ਦੁਲ ਨੀ ਲੱਗਣਾ ਮਤਲਬ ਮੈਂ ਕੱਲਾ ਨੀ ਰਹਿ ਸਕਦਾ ਇੱਥੇ ਇਹਦੇ ਨਾਲ ਇਹ ਬੋਰਿੰਗ ਦੇ ਨਾਲ ਸੁੱਤਾ ਹੋਇਆ ਉਹਨਾਂ ਸੀਆ ਦਾ ਦੇਖ ਸੀਆ ਦਾ ਸਾਲਾ ਸੁੱਤਾ ਪਿਆ ਮੈਂ ਬੋਰਿੰਗ ਲੱਗਦਾ ਚਲ ਉੱਠ ਜਾਵਣ ਤੂੰ ਵੀ ਚੱਲ ਦੇ ਯਾਰ ਇਹ ਬਸ ਸੁੱਤਾ ਨਹੀਂ ਤੂੰ ਝੂਠ ਬੋਲਦਾ ਮੁੱਟਰ ਗਿਆ ਹੋਰ ਮੁੱਟਰ ਤਾਂ ਕਰਦਾ ਗਿਆ ਭਰਾਵਾ ਤੂੰ ਵੀ ਚੱਲਿਆ ਹਾਂ ਸਵੇਰ ਦੇ ਤੂੰ ਵੀ ਚੱਲ ਤੂੰ ਵੀ ਚੱਲ ਤੂੰ ਵੀ ਚੱਲ ਤੂੰ ਵੀ ਚੱਲ ਸੁਆ ਦੇ ਚਾਰ ਤੁਹਾਨੂੰ ਟੇਕ ਨਹੀਂ ਹੈਗੀ ਇਹ ਤੱਕ ਤੂੰ ਵੀ ਚੱਲ ਸਾਡੇ ਭਰਾਵਾ ਦੁੱਧ ਵਾਲਾ ਹੁੰਦਾ 9 ਵਜੇ
ਬਿਲਕੁਲ ਮੈਨੂੰ ਬਹੁਤ ਘੱਟ ਸੁੱਤਿਆ ਵੀ ਹੁਣੇ ਹੋਏ ਸੁੱਤਾ ਸੀਗਾ ਜਾਣ ਕੇ ਐਕਟਿੰਗ ਤਾਂ ਨੀ ਕਰਦਾ ਸੌਂਦੀ ਵੀ ਕਿਤੇ ਕੁੱਟਾ ਨਾ ਮੈਨੂੰ ਇਹ ਸੁੱਤਾ ਕਿਉਂ ਨੀ ਇੰਨੀ ਲੇਟ ਚਲੋ ਗਾਇਸ ਮੈਂ ਵੀ ਆਪ ਮੈਂ ਤਾਂ ਆਪ ਚੱਲਿਆ ਕਰਕੇ ਜਿੱਤ ਗਿਆ ਇੱਕ ਤਰ੍ਹਾਂ ਦਾ ਪਰ ਇੱਕ ਗੱਲ ਆ ਜਦੋਂ ਅਸੀਂ ਇਕੱਠੇ ਰਹਿੰਦੇ ਹਾਂ ਨਾ ਨੀਂਦ ਵਗੈਰਾ ਆਉਂਦੀ ਨੀ ਯਾਰ ਸਾਰੀ ਰਾਤ ਜਾ ਕੇ ਸੋ ਜਾ ਸਵੇਰੇ ਸਕੂਲ ਜਾਣਾ ਉਹ ਦੇਖੋ ਅੱਖਾਂ ਚਮਕੀ ਜਾਂਦੀਆਂ ਹੁੰਦੀਆਂ ਟਿਲ ਦੈਨ ਪੀਸ ਆਊਟ।